ਵਿੱਚ ਕੰਗਨ ਨਾਗੇ ਸ਼ਗੁਨ ਕੇ ਮੱਥੇ ਦੀ ਰੋਲੀ ਸਜ ਰਹੀ ਹੈ। ਮਹਿਕਾ ਹੈ ਆਂਗਨ ਖੁਸ਼ੀਓ ਕੀ ਬੇਲਾ ਅਰਮਾਨੋ ਕੀ ਡੋਲੀ ਸਜ ਰਹੀ ਹੈ। ਅੱਜ ਸਜਿਆ ਏ ਵੇ ਸਾਰਾ ਸ਼ਹਿਰ, ਅੱਜ ਹੋ ਗਈ ਆਵੇ ਰੱਬ ਦੀ ਮਹਿਰ। ਹਾਏ ਸਜਿਆ ਏ ਵੇ ਸਾਰਾ ਸ਼ਹਿਰ, ਅੱਜ ਹੋ ਗਈ ਆਵੇ ਰੱਬ ਦੀ ਮਹਿਰ। ਅੱਖੀਆਂ ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ, ਤੇਰੀ ਬਣ ਜਾਣਾ ਅੱਜ ਤੂੰ ਸਜਣਾ ਵੇ। ਅੱਖੀਆਂ ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ, ਤੇਰੀ ਬਣ ਜਾਣਾ ਅੱਜ ਤੂੰ ਸਜਣਾ ਵੇ। ਖੁਸ਼ੀਆਂ ਦਾ ਚੜਿਆ ਅੱਜ ਵੇਲਾ ਵੇ, ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ। ਖੁਸ਼ੀਆਂ ਦਾ ਚੜਿਆ ਅੱਜ ਵੇਲਾ ਵੇ, ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ। ਸਖੀਆਂ ਨੇ ਸਜਣਾ ਏ ਮੈਂ ਵੀ ਸਵਰਨਾ ਏ, ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ। ਸਖੀਆਂ ਨੇ ਸਜਣਾ ਏ
ਮੈਂ ਵੀ ਸਵਰਨਾ ਹੈ ਅੱਜ ਦਿਨ ਚੜਿਆ ਤੇਰੇ ਨਾਮ ਦਾ ਵੀ ਦਿਲ ਨਹੀਂ ਲੱਗਦਾ ਹੈ ਵੀ ਆ ਕੇ ਤੂੰ ਲੈ ਜਾਵੇ ਮੈਂ ਤੇਰੇ ਇੰਤਜ਼ਾਰ 'ਚ ਤੱਕਦੀਆਂ ਰਾਹ ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੀ
ਜਾਣਾ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾ ਸਿਮਰਾਂ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜੇ ਡਿੱਠਾ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌਣੇ ਤਾਵੇ ਧਾਏ। ਸਭ ਥਾਈਂ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਨ ਤਾਨਿਆਂ ਦੇ ਤਾਰ ਨੋਟਿਆਂ ਦੀ ਓ ਸੱਚੇ ਪਿਤਾ ਵਾਹਿਗੁਰੂ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਓ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਵਾਸ਼ਦੀਪ ਸਿੰਘ ਕਾਹਲੋਂ ਅਤੇ ਬੀਬੀ ਰਵਿੰਦਰ ਕੌਰ ਕਾਹਲੋਂ ਆਪਣੇ ਸਪੁੱਤਰ ਭਾਈ ਸਰਤਾਜਦੀਪ ਸਿੰਘ ਕਾਹਲੋਂ ਤਿੰਨਾਂ ਦੀ ਬਰਾਤ ਲੈ ਕੇ ਇਸ ਵੇਲੇ ਹਾਜ਼ਰ ਹੋਏ ਹਨ। ਦੋਵਾਂ ਪਰਿਵਾਰਾਂ ਦੀ ਆਪਸੀ ਮਿਲਣੀ ਦੀ ਅਰਦਾਸ ਹੈ। ਸਤਿਗੁਰੂ ਜੀ ਉਹ ਕਿਰਪਾ ਕਰਨੀ ਦੋਵਾਂ ਪਰਿਵਾਰਾਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ, ਕਾਰਜਾਂ ਵਿੱਚ ਸਫਲਤਾ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਇਸ ਵੇਲੇ ਕਿਰਪਾ ਕਰੋ ਦੋਵਾਂ ਪਰਿਵਾਰਾਂ ਨੂੰ ਆਪਸੀ ਮਿਲਣੀ ਦੀ ਆਗਿਆ ਬਖਸ਼ਿਸ਼ ਕਰੋ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਆਪ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਚੇ ਮਿਲ ਮਿਲਾ
ਕਰ ਸਾਜਨ ਆਏ ਸਾਚੇ ਮੇਲ ਮਿਲਾਏ ਹਮ ਕਰ ਸਾਜਨ ਆਏ ਸਾਚੇ ਮੇਲ ਸਾਜਨ ਆਏ ਸਾਚੇ ਮੇਲ ਮਿਲਾਏ ਹਮ ਪਰ ਸਾਜਨ ਆਏ ਸਾਚੇ ਮੇਲ ਮਿਲਾਏ ਜਿਸ ਸੇਤੀ ਮਨ ਲਾਇਆ ਜਿਸ ਸੇਤੀ ਮਨ ਲਾਇਆ ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ ਹਮ ਕਰ ਸਾਜਨ ਆਏ ਸਾਜਨ ਆਏ ਸਾ
ਸਭ ਕਾਜ ਸੁਹਿਲੇ
ਸਾਰੀ ਸੰਗਤ ਬੈਠੀ ਰਹੇਗੀ, ਲੜਕਾ ਲੜਕੀ ਅਤੇ ਇਹਨਾਂ ਦੇ ਮਾਤਾ ਪਿਤਾ ਖੜੇ ਹੋ ਜਾਣ ਜੀ, ਬਾਕੀ ਸੰਗਤ ਬੈਠੀ। ਖੁਦ ਅੱਗੇ ਅਰਦਾਸ ਹਮਾਰੀ ਜੋ ਪਿੰਡ ਸਾਹਿਬ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਉ ਸ਼੍ਰੀ ਹਰਿ ਆਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਡਿਠੈ ਸਭ ਖਜਾਏ ਤੇਗ ਬਹਾਦਰ ਸਿਮਰੈ ਕਰਨਾ ਤਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀ ਹੈ ਦਰ ਘਰ ਦੇ ਪ੍ਰੀਤਵਾਨ ਸਰਦਾਰ ਵਾਸ਼ਦੀਪ ਸਿੰਘ ਕਾਹਲੋਂ ਅਤੇ ਬੀਬੀ ਰਵਿੰਦਰ ਕੌਰ ਕਾਹਲੋਂ ਤਿਨ੍ਹਾਂ ਦੇ ਸਪੁੱਤਰ ਭਾਈ ਸਰਤਾਜਦੀਪ ਸਿੰਘ ਜੀ ਕਾਹਲੋਂ ਅਤੇ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਅਰੁਣ ਅਨੂਰ ਜੀ ਅਤੇ ਬੀਬੀ ਸਤਿਆ ਅਨੂਰ ਜੀ ਤਿਨ੍ਹਾਂ ਦੀ ਸਪੁੱਤਰੀ ਬੇਟੀ ਪੂਜੀਤਾ ਅਨੂਰ ਤਿਨ੍ਹਾਂ ਦੇ
ਆਨੰਦ ਕਾਰਜ ਦੇ ਲਈ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੁਭਾਗ ਜੋੜੀ ਹਾਜ਼ਰ ਹੈ, ਸਤਿਗੁਰੂ ਜੀਓ ਕਿਰਪਾ ਕਰੋ ਜੀ, ਆਨੰਦ ਕਾਰਜ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਹੁਕਮਨਾਮਾ ਬਖਸ਼ ਕੇ ਪੱਲੇ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੋੜਿਆ ਮਿਲੈ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਧੰਨ ਵਾਹਿਗੁਰੂ ਸਾਹਿਬ ਜੀਓ, ਸੂਹੀ ਮਹਿਲਾ ਪੰਜਵਾਂ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ, ਸੁਖ ਨਾ ਪਾਇਨ ਮੂਲ ਨਾਮ ਵਿਸ਼ੁਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ। ਆਵੈ ਜਾਹੇ ਅਨੇਕ ਮਰ ਮਰ ਜਨਮ ਤੇ, ਬਿਣ ਬੂਜੇ ਸਭ ਵਾਦ ਜੋਨੀ ਭਰਮ ਤੇ, ਜਿਨ ਕਉ ਭਏ ਦਇਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਲੜਕੀ ਦੇ ਪਿਤਾ ਜੀ ਨੂੰ ਬੇਨਤੀ ਹੈ ਜੀ, ਲੜਕੇ ਦਾ ਪੱਲਾ ਲੜਕੀ ਨੂੰ ਫੜਾਓ ਜੀ। ਅੱਲੇ ਟੰਡੇ ਲਾਗੀ ਪੱਲੇ ਟੰਡੇ ਲਾਗੀ ਪੱਲੇ ਟੰਡੇ ਲਾਗੀ ਪੱਲੇ ਜਿਸ ਵੇਲੇ ਪਹਿਲੀ ਲਾਮ ਦਾ ਪਾਠ ਹੋਵੇਗਾ ਨਾਨਕ ਸ਼ਬਦ ਆਏਗਾ। ਮੈਂ ਤੁਹਾਨੂੰ ਕਹਾਂਗਾ ਚਲੋ ਜੀ, ਤੁਸੀਂ ਦੋਵਾਂ ਜਾਣਿਆਂ ਨੇ ਲੜਕੇ ਅਤੇ ਲੜਕੀ ਨੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਨੂੰ ਇਸ ਪਾਸਿਓਂ ਤੁਸੀਂ ਪਰਿਕਰਮਾ ਸ਼ੁਰੂ ਕਰਨੀ ਹੈ। ਵੀਰ ਜੀ ਅੱਗੇ ਚੱਲਣਗੇ, ਭੈਣ ਜੀ ਤੁਸੀਂ ਇਹਨਾਂ ਦੇ ਮਗਰ ਚੱਲਣਾ ਹੈ ਆਰਾਮ ਦੇ ਨਾਲ। ਜਿੱਥੇ ਵੀਰ ਖੜ੍ਹੇ ਨੇ ਮੂਵੀ ਵਾਲੇ, ਇਹਨਾਂ ਦੇ ਕੋਲ ਦੀ ਹੁੰਦੇ ਹੋਏ ਮੇਰੀ ਬੈਕ ਸਾਈਡ ਤੋਂ ਹੁੰਦੇ ਹੋਏ ਇਹ ਜਗ੍ਹਾ ਪਰਿਕਰਮਾ ਵਾਸਤੇ ਬਣਾਈ ਹੋਈ। ਇੱਥੋਂ ਦੀ ਤੁਸੀਂ ਆ ਕੇ ਆਪਣੀ ਜਗ੍ਹਾ 'ਤੇ ਮੱਥਾ ਟੇਕ ਕੇ ਬੈਠਣਾ ਆਪਣੀ ਆਪਣੀ ਜਗ੍ਹਾ 'ਤੇ। ਫਿਰ ਦੂਸਰੇ ਲਾਮ ਦਾ ਪਾਠ ਹੋਏਗਾ। ਇਸ ਤਰ੍ਹਾਂ ਚਾਰ ਲਾਮਾਂ ਨੇ, ਚਾਰ ਵਾਰੀ ਤੁਸੀਂ ਚਾਰ ਹੀ ਪਰਿਕਰਮਾ ਕਰਨੀਆਂ ਨੇ। ਚਾਰੇ ਵਾਰੀ ਲੜਕੇ ਨੇ ਅੱਗੇ ਚੱਲਣਾ, ਲੜਕੀ ਨੇ ਮਗਰ ਚੱਲਣਾ ਹੈ, ਠੀਕ ਹੈ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਹੀ ਮਹਿਲਾ ਚੌਥਾ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿੱਚ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮਿੱਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਚਲੋ ਹਰ ਪਹਿਲੜੀ ਲਾਮ ਪਰ ਦਿਲ ਕੀ ਬਲਰਾਮ ਜੀਓ ਪਾਣੀ ਬ੍ਰਹਮਾ
ਲੀਲਾ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉ ਮੈਂ ਮੈ ਲਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਿਖ ਰਾਮ ਹਦੁਰੇ ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭੇਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਚਲੋ ਜੀ ਹਰ ਦੂਜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਇ ਹਉ ਮੈਂ ਮੈ ਲਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਿਖ ਰਾਮ ਹਰ ਜਪਿਆ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਮ ਹਰ ਉਪਜੈ ਮਨ ਵੈਰਾਗ ਜੀਓ ਚਲੋ ਹਰ ਤੀਜੜੀ ਲਾਮ ਮਨ ਜਾਓ ਭਇਆ ਵੈਰਾਗੀਆ ਜਨ ਨਾਨਕ ਬੋਲੇ ਤੀਜੀ ਲਾਮ
ਚੌਧਰੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿਟਾ ਲਾਇਆ ਬਲਰਾਮ ਜੀਓ ਹਰ ਮਿਟਾ ਲਾਇਆ ਮੇਰੇ ਪ੍ਰਭ ਭਾਇਆ ਅਣ ਦਿਨ ਹਰ ਲਿਵਲਾਈ ਮਨ ਜਿਤਿਆ ਫਲ ਪਾਇਆ ਸੁਆਮੀ ਹਰ ਨਾਮ ਵਧੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸ਼ੀ ਹਰ ਚੌਥੜੀ ਲਾਉ ਮਨ ਸਹਿਜ ਪਿਆ ਕਾਰਨ ਕਰਮ ਮਾਇਆ ਤੁਮ ਨਾਮ ਹਰਿ ਦਾ ਕੇ
ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰਉ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਕਰ ਨੌਣੇ ਦਾਵੇ ਧਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਗੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਤਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਤਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਵਾਸ਼ਦੀਪ ਸਿੰਘ ਕਾਹਲੋਂ ਅਤੇ ਬੀਬੀ ਰਵਿੰਦਰ ਕੌਰ ਜੀ ਕਾਹਲੋਂ, ਤਿੰਨਾਂ ਦੇ ਸਪੁੱਤਰ ਭਾਈ ਸਰਤਾਜ ਦੀਪ ਸਿੰਘ ਜੀ ਕਾਹਲੋਂ ਅਤੇ ਅਰੁਣ ਅਨੂਰ ਜੀ, ਬੀਬੀ ਸੱਤਿਆ ਅਨੂਰ ਜੀ, ਤਿੰਨਾਂ ਦੀ ਸਪੁੱਤਰੀ ਬੀਬੀ ਪੂਜੀਤਾ ਅਨੂਰ, ਭਾਈ ਸਰਤਾਜਦੀਪ ਸਿੰਘ ਕਾਹਲੋਂ ਅਤੇ ਬੀਬੀ ਪੂਜੀਤਾ ਅਨੂਰ, ਤਿੰਨਾਂ ਦੇ ਆਨੰਦ ਕਾਰਜ ਦਰਸਾਈ ਹੋਈ ਮਰਿਆਦਾ ਦੇ ਅਨੁਸਾਰ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੰਪੂਰਨ ਹੋਏ ਹਨ। ਸਤਿਗੁਰੂ ਜੀਓ ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਲੰਮੀ ਉਮਰ ਦੀ ਦਾਤ, ਗੁਰਮਤਿ ਦਾ ਦਾਨ, ਗੁਰਸਿੱਖੀ ਜੀਵਨ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਆਪਸ ਵਿੱਚ ਮੇਲ ਜੋੜ ਇਤਫਾਕ ਬਖਸ਼ਿਸ਼ ਕਰਨਾ, ਦੋਵਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਦੋਵਾਂ ਹੀ ਪਰਿਵਾਰਾਂ ਨੂੰ ਦਰੋਂ ਘਰੋਂ ਗੁਰਮਤਿ ਦਾ ਦਾਨ, ਗੁਰਸਿੱਖੀ ਜੀਵਨ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਦੇ ਰਹਿੰਦੇ ਕਾਰਜ ਅੰਗ ਸੰਗ ਹੋ ਕੇ ਸੰਪੂਰਨ ਕਰਵਾ ਲੈਣੇ ਜੀ। ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ,
ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਜੀ ਦੇ ਹਿਰਦਿਆਂ 'ਚ ਵਸਾਉਣਾ, ਸੇਵਕ ਪਰਿਵਾਰ ਵੱਲੋਂ ਬਖਸ਼ੀਆਂ ਬੇਅੰਤ ਦਾਤਾਂ ਵਿੱਚੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਰਮਾਲਾ ਸਾਹਿਬ ਭੇਟਾ ਕੀਤੇ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਸ਼ੁਕਰ ਹੈ। ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਦੇ ਵਿੱਚ ਵਰਤੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ। ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਇਲਾਹੀ ਬਾਣੀ ਦੇ ਪਾਠ ਕੀਰਤਨ ਹੋਏ ਨੇ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਿਰਪਾ ਕਰੋ ਜੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਾਹ ਕਾਬ ਸੇਠ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਧੰਨ ਵਾਹਿਗੁਰੂ ਸਾਹਿਬ ਜੀਓ, ਸੂਹੀ ਮਹਿਲਾ ਪੰਜਵਾਂ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਏ ਭਵ ਜਲ ਤਾਰੇ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਏ ਭਵ ਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ, ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬਿਦਾਰੇ, ਜਾ ਕੀ ਧੀਰਕ ਇਸਮਣੈ ਸੁਧਾਰੇ, ਜਾ ਕੈ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਿਨ ਸਦ ਬਲਿਹਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਹ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸੰਪੂਰਨ ਹੋਈ ਹੈ। ਦੋਵਾਂ ਹੀ ਪਰਿਵਾਰਾਂ ਨੂੰ, ਸਾਰੇ ਮੇਰੇ ਸਟਾਫ ਦੇ ਵੱਲੋਂ, ਸਮੁੱਚੀ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਜੀ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਲੰਮੀ ਉਮਰ ਦੀ ਦਾਤ, ਆਪਸ ਵਿੱਚ ਮੇਲ ਜੋਲ, ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ, ਇਹ ਅਰਦਾਸ ਹੈ। ਸਤਿਗੁਰਾਂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਧੰਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਐ ਸੋਏ। ਧੰਨ ਪਿਰ ਤੋਂ ਭਾਵ ਹੁੰਦਾ ਹੈ ਪਤੀ ਅਤੇ ਪਤਨੀ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਕੱਠੇ ਬੈਠ ਜਾਂਦੇ ਨੇ ਨਾ, ਉਹਨਾਂ ਨੂੰ ਪਤੀ ਪਤਨੀ ਨਹੀਂ ਕਿਹਾ ਜਾਂਦਾ। ਕਈ ਵਾਰੀ ਆਪਾਂ ਬੱਸ ਵਿੱਚ, ਟ੍ਰੇਨ ਦੇ ਵਿੱਚ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਹਾਂ ਅਤੇ ਇਸ ਤਰ੍ਹਾਂ ਇਕੱਠੇ ਬੈਠ ਜਾਂਦੇ ਹਾਂ, ਲੜਕੀ ਲੜਕਾ ਇਕੱਠੇ ਬੈਠ ਜਾਂਦੇ ਨੇ, ਬੜਾ ਲੰਬਾ ਸਫ਼ਰ ਕਰ ਲੈਂਦੇ ਨੇ। ਜਿਵੇਂ ਜਿਵੇਂ ਸਾਡਾ ਸਟੇਸ਼ਨ ਆਉਂਦਾ ਹੈ, ਅੱਡਾ ਆਉਂਦਾ ਹੈ, ਉਵੇਂ ਉਵੇਂ ਸਾਰੇ ਉਤਰਦੇ ਜਾਂਦੇ ਨੇ। ਇਸੇ ਲਈ ਸਤਿਗੁਰੂ ਜੀ ਕਹਿੰਦੇ ਭਾਈ ਇਕੱਠੇ ਬੈਠਿਆਂ ਨੂੰ ਆਪਾਂ ਪਤੀ ਪਤਨੀ ਨਹੀਂ ਕਹਿ ਸਕਦੇ। ਫਿਰ ਪਤੀ ਪਤਨੀ ਕੌਣ ਹੈ? ਗੁਰੂ ਸਾਹਿਬ ਜੀ ਕਹਿੰਦੇ ਏਕ ਜੋਤ ਦੋਏ ਮੂਰਤੀ, ਦੋ ਤਸਵੀਰਾਂ, ਮੂਰਤੀ ਪਿਕਚਰ, ਤਸਵੀਰਾਂ ਦੋ ਨੇ, ਇੱਕ ਮਰਦ ਦੀ ਹੈ, ਇੱਕ ਔਰਤ ਦੀ ਹੈ, ਪਰ ਇਹਨਾਂ ਦੋਵਾਂ ਦੇ ਵਿੱਚ ਜੋਤ ਹੈ ਜਿਹੜੀ ਉਹ ਇੱਕ ਹੋਣੀ ਚਾਹੀਦੀ ਹੈ, ਦੋਵਾਂ ਦੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ, ਦੋਨਾਂ ਦੇ ਸੁਭਾਅ ਨੇ ਜਿਹੜੇ ਉਹ ਮਿਲਣੇ ਚਾਹੀਦੇ ਹਨ। ਜਦੋਂ ਦੋਵਾਂ ਦੀ ਵਿਚਾਰਧਾਰਾ ਇੱਕ ਹੋ ਗਈ, ਸੁਭਾਅ ਇੱਕ ਹੋ ਗਏ, ਸਤਿਗੁਰੂ ਜੀ ਕਹਿੰਦੇ ਫਿਰ ਉਹ ਭਾਈ ਪਤੀ ਅਤੇ ਪਤਨੀ ਹਨ। ਸਤਿ ਸ਼੍ਰੀ ਅਕਾਲ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਨ ਕਿਉਂਕਿ ਸਮੇਂ ਦੇ ਲੋੜ ਦੇ ਅਨੁਸਾਰ ਸਾਨੂੰ ਇਹਨਾਂ ਬੱਚਿਆਂ ਨੂੰ ਚਾਹੀਦਾ ਕਿ ਇੱਕ ਦੂਜੇ ਦੀ ਵਿਚਾਰਧਾਰਾ ਨੂੰ ਅਪਣਾਇਆ ਜਾਏ, ਕਿਉਂਕਿ ਬੱਚੀ ਬੇਟੀ ਕਿਸੇ ਹੋਰ ਪਰਿਵਾਰ ਵਿੱਚ ਵੱਡੀ ਪਲੀ ਹੈ, ਵੱਡੀ ਹੋਈ ਹੈ, ਉਹਨੇ ਦੂਸਰੇ ਪਰਿਵਾਰ ਵਿੱਚ ਆਉਣਾ, ਕੁਝ ਸਮਾਂ ਉਹਨੂੰ ਉਸ ਪਰਿਵਾਰ ਨੂੰ ਸਮਝਣ ਦੇ ਲਈ ਲੱਗ ਜਾਂਦਾ ਹੈ। ਅਤੇ ਸਾਨੂੰ ਵੀ ਚਾਹੀਦਾ ਜਿਸ ਪਰਿਵਾਰ ਵਿੱਚ ਬੱਚੀ ਆਈ ਹੈ ਉਸ ਪਰਿਵਾਰ ਨੂੰ ਵੀ ਚਾਹੀਦਾ ਥੋੜ੍ਹਾ ਟਾਈਮ ਦਿੱਤਾ ਜਾਏ ਤਾਂ ਕਿ ਉਹ ਸਾਡੇ ਪਰਿਵਾਰ ਨੂੰ, ਸਾਡੇ ਰੀਤੀ ਰਿਵਾਜ਼ਾਂ ਨੂੰ ਸਮਝ ਸਕੇ, ਫਿਰ ਆਪੇ ਹੀ ਉਹ ਸਾਡੇ ਪਰਿਵਾਰ ਦੇ ਅਨੁਸਾਰ ਚੱਲ ਲਏਗੀ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਦੇ ਬਚਨ, ਜਿੰਨੀ ਦੇਰ ਦੇਗ ਵਰਤ ਰਹੀ ਆਪਾਂ ਗੱਲਾਂ ਨਾ ਕਰੀਏ, ਮੈਂ ਤਾਂ ਕਰਕੇ ਥੋੜ੍ਹੀ ਵਿਚਾਰ ਕਰ ਲੈਂਦੇ ਹਾਂ। ਇੱਕ ਇਸਤਰੀ ਦੂਸਰੀ ਨੂੰ ਪੁੱਛਦੀ ਹੈ ਮੈਂ ਪਤੀ ਨੂੰ ਵੱਸ ਵਿੱਚ ਕਰਨਾ ਕਿਵੇਂ, ਕਰਨਾ ਕਿਵੇਂ ਕਰਾਂ? ਹੋ ਸਕਦਾ ਇਹ ਸਾਰੀਆਂ ਬੀਬੀਆਂ ਦੀ ਸੋਚ ਹੋਵੇ ਕਿ ਜਿਹੜਾ ਬੰਦਾ ਹੈ, ਜਿਹੜਾ ਮਰਦ, ਉਹ ਮੇਰੇ ਵੱਸ ਵਿੱਚ ਹੋਣਾ ਚਾਹੀਦਾ, ਮੈਂ ਜਿਵੇਂ ਕਹਾਂ ਉਵੇਂ ਕਰੇ। ਤਾਂ ਬਾਬਾ ਫਰੀਦ ਜੀ ਕਹਿਣ ਲੱਗੇ ਤੈਨੂੰ ਵੱਸ ਵਿੱਚ ਕਰਨ ਦਾ ਤਰੀਕਾ ਕੀ ਹੈ? ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹੋ ਕਰੀ ਜਿਸ ਵਸ ਆਵੇ ਕੰਤ। ਕਹਿੰਦੀ ਕੀ ਕਰਾਂ, ਕਿਹੜਾ ਅੱਖਰ ਹੋਵੇ, ਕਿਹੜਾ ਤਰੀਕਾ ਹੋਵੇ ਜਿਹਦੇ ਨਾਲ ਮੇਰਾ ਮਾਲਕ, ਮੇਰਾ ਪਤੀ, ਮੇਰਾ ਖਸਮ ਮੇਰੇ ਵੱਸ ਵਿੱਚ ਆ ਜਾਵੇ। ਕਹਿਣ ਲੱਗੇ ਨਿਵਣ ਸੋ ਅੱਖਰ,
ਖਵਣ ਗੁਣ। ਪਹਿਲਾਂ ਤੂੰ ਨਿਉਣ ਦਾ ਅੱਖਰ ਧਾਰਨ ਕਰ ਲਾ, ਜਦੋਂ ਕਿਤੇ ਕੋਈ ਗਲਤੀ ਹੋ ਜਾਏ, ਪਤੀ ਗੁੱਸੇ ਵਿੱਚ ਆ ਕੇ ਬੋਲੇ ਤਾਂ ਤੂੰ ਕਹਿ ਕੋਈ ਗੱਲ ਨਹੀਂ ਜੀ, ਮੈਂ ਅੱਗੇ ਤੂੰ ਧਿਆਨ ਰੱਖਾਂਗਾ। ਨਿਉਣਾ ਸਿੱਖ ਲੈ। ਜੇ ਕਦੇ ਸੱਸ ਨੇ ਕਹਿ ਦਿੱਤਾ ਤਾਂ ਧੀਏ ਸੋਚ ਲਾ ਮੇਰੀ ਮਾਂ ਵੀ ਤਾਂ ਕਹਿ ਦਿੰਦੀ ਸੀ ਨਾ, ਨਿਮਣ ਸੁਅੱਖਰ। ਕਿਤੇ ਦਿਓਰ ਜੇਠ ਨੇ ਕੁਛ ਕਹਿਤਾ ਇਹ ਸੋਚ ਲਾ ਮੇਰਾ ਭਰਾ ਵੀ ਤਾਂ ਘਰ ਝਿੜਕਦਾ ਹੀ ਸੀ। ਕਹਿੰਦੇ ਜੇ ਤੂੰ ਇਹ ਸਮਝ ਲੈਗੀ, ਇਹ ਇੱਕ ਪਹਿਲਾ ਗੁਣ ਹੈ ਪਤੀ ਨੂੰ ਵਸ ਵਿੱਚ ਕਰਨ ਦਾ। ਖਵਣ ਨਿਮਣ ਸੁਅੱਖਰ ਖਵਣ ਗੁਣ, ਜਰ ਜਾਣਾ ਬੜਾ ਔਖਾ ਹੈ ਜਰਨਾ, ਮੈਂ ਕੀਤਾ ਵੀ ਨਹੀਂ ਫਿਰ ਵੀ ਜਰ ਲਵਾਂ। ਗੁਰੂ ਸਾਹਿਬ ਕਹਿੰਦੇ ਜੇ ਤੇਰੇ ਕੋਲ ਆਹ ਗੁਣ ਆ ਗਿਆ, ਉਸ ਤੋਂ ਬਾਅਦ ਅਗਲਾ ਜਿਹਬਾ ਮਣੀਆਂ ਮੰਤ ਮੂੰਹ ਤੋਂ ਮਿੱਠਾ ਬੋਲਣਾ। ਸਹੁਰੇ ਨੂੰ ਵੀ, ਪਿਤਾ ਜੀ, ਬਾਪੂ ਜੀ, ਡੈਡੀ ਜੀ, ਮਾਂ ਨੂੰ ਵੀ, ਸੱਸ ਨੂੰ ਵੀ, ਦਿਓਰਾਂ ਜੇਠਾਂ ਨੂੰ, ਭੈਣਾਂ ਨੂੰ ਵੀ, ਨਨਾਨਾਂ ਨੂੰ ਵੀ, ਸਭ ਨੂੰ ਮਿੱਠਾ ਬੋਲ। ਜਦੋਂ ਮਿੱਠਾ ਬੋਲੇਗੀ ਸਾਰੇ ਹੀ ਤੇਰੇ ਵਸ ਵਿੱਚ ਆ ਜਾਣਗੇ, ਕੋਈ ਵੀ ਤੇਰੇ ਤੋਂ ਬਾਹਰ ਨਹੀਂ ਰਹੇਗਾ। ਕਹਿਣ ਲੱਗੇ ਇਹ ਭੈਣੇ ਤ੍ਰੈ ਵੇਸ਼ ਕਰ ਤਾਂ ਬਸ ਆ ਵੀ ਕੰਤ, ਤੇਰਾ ਪਤੀ ਤੇਰੇ ਵਸ ਵਿੱਚ ਆ ਜਾਏਗਾ। ਤੈਨੂੰ ਆ ਜਾਦੂ ਟੂਣੇ ਕਰਨ ਦੀ, ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਬਾਣੀ ਦੀ ਸਿੱਖਿਆ ਹੈ, ਇਹ ਸਾਡੇ ਲਈ ਵੀ ਹੈ, ਭਾਈ ਸਾਹਿਬ ਲਈ ਵੀ ਹੈ। ਜਦੋਂ ਤੁਸੀਂ ਦੂਜੇ ਘਰ ਜਾਣਾ, ਜਿਹੜੇ ਭੈਣ ਦੇ ਮਾਤਾ ਪਿਤਾ ਨੇ ਉਹ ਵੀ ਤੁਹਾਡੇ ਮਾਤਾ ਪਿਤਾ ਨੇ। ਅਸੀਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਿੱਖਣਾ ਜਵਾਈ ਕਿਹੋ ਜਿਹਾ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਟੋਕਰੀ ਢੋਂਦੇ ਹਨ, ਅੰਮ੍ਰਿਤਸਰ ਸਾਹਿਬ ਵਿਖੇ ਟੋਕਰੀ ਢੋਂਦੇ ਨੇ। ਜਦੋਂ ਲਾਹੌਰ ਤੋਂ ਉਹਨਾਂ ਦੇ ਵਾਰਸ ਆਏ, ਕਹਿਣ ਲੱਗੇ ਤੁਸੀਂ ਤਾਂ ਕਲੰਕਿਤ ਕਰ ਦਿੱਤਾ ਸਾਡੀ ਕੁੱਲ ਨੂੰ, ਤੁਸੀਂ ਸਹੁਰਿਆਂ ਦੇ ਘਰ ਵਿੱਚ ਟੋਕਰੀ ਢੋ ਰਹੇ ਹੋ, ਤੁਸੀਂ ਮਿੱਟੀ ਚੁੱਕ ਕੇ ਸੁੱਟਦੇ ਹੋ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਨਹੀਂ, ਇਹ ਤਾਂ ਮੇਰੇ ਗੁਰੂ ਦੀ ਬਖਸ਼ਿਸ਼ ਹੈ, ਮੈਂ ਕਦੇ ਇਸ ਘਰ ਨੂੰ ਆਪਣਾ ਸਹੁਰਾ ਘਰ ਸਮਝਿਆ ਹੀ ਨਹੀਂ। ਇੱਕ ਦਿਨ ਇਹੋ ਜਿਹੀ ਬਖਸ਼ਿਸ਼ ਹੋਈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਜਵਾਈ ਨੂੰ ਆਪਣੇ ਤਖ਼ਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਖ਼ਤ ਦੇ ਵਾਰਸ ਬਣਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਣਾ ਦਿੰਦੇ ਨੇ। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜਦੋਂ ਆਪਾਂ ਵੀ ਜਾਣਾ, ਤੁਸੀਂ ਵੀ ਜਾਣਾ, ਅਤੇ ਭੈਣ ਦੇ ਘਰ ਜਿਹੜਾ ਪਰਿਵਾਰ ਹੈ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਆਪਾਂ ਵਿਹਾਰ ਕਰਨਾ, ਜਿਵੇਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਾਂ, ਭੈਣਾਂ ਭਰਾਵਾਂ ਦਾ ਸਤਿਕਾਰ ਕਰਦੇ ਹਾਂ। ਬੇਨਤੀ ਹੈ ਜੀ, ਸਮਾਪਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤ ਚੁੱਕੀ ਹੈ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਆਨੰਦ ਕਾਰਜ ਦੀ ਸੰਪੂਰਨਤਾ ਹੈ। ਫਿਰ ਤੋਂ ਦੋਵਾਂ ਹੀ ਪਰਿਵਾਰਾਂ ਨੂੰ, ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਲੋ ਮੈਨੂੰ ਸਾਂ ਮਿਲਦੇ ਸੀ ਐਵੇਂ ਨੀ ਤੈਨੂੰ ਬੇਵਜ੍ਹਾ ਮਿਲਦੇ ਤੇਰੇ ਚ ਕੋਈ ਗੱਲ ਹੈ ਸਾਹਿਬਾ ਹਾਂ ਸੀ ਤੈਨੂੰ ਤਾਂ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਸੁਕੂਨ ਕੀ ਤੈਨੂੰ ਮਿਲੇ ਤਾਂ ਪਤਾ ਲੱਗਿਆ ਮਿਟ ਗਈ ਮੇਰੀ ਸਭ ਤਨਹਾਈ ਜੀ ਤੇਰੇ ਕੋਲੇ ਆ ਲੱਗਿਆ ਵੇ ਹਾਣੀਆਂ ਵੇ ਦਿਲ ਜਾਣੀਆਂ ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਨ ਸਪਨਾ ਲੱਗਦਾ ਅਜਨਬੀ ਸੀ ਕੱਲ ਤੱਕ ਜੋ ਹਾਂ ਹੁਣ ਮੈਨੂੰ ਆਪਣਾ ਲੱਗਦਾ ਤੂੰ ਹੀ ਦਿਨ ਤੂੰ ਹੀ ਮੇਰੀ ਰਾਹ ਕੋਈ ਨਹੀਂ ਹੈ ਤੇਰੇ ਤੋਂ ਬਿਨਾ ਵਿਹਾਣੀਆਂ ਵੇ ਦਿਲ ਜਾਣੀਆਂ ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾਂ ਹੈ ਬੋਲੇ ਦੀ ਜ਼ਬਾਨ ਤੈਨੂੰ ਵੇਖੀ ਜਾਵਾਂ ਮੈਂ ਹੈ ਇਸ਼ਕ ਤੇਰੇ ਵਿੱਚ ਗਾਵਾਂ ਮੈਂ ਮੇਰੇ ਦਿਲ ਨੂੰ ਮਿਲਦਾ ਯਾਰਾ ਜਦ ਤੈਨੂੰ ਗੱਲ ਲਾਵਾਂ ਮੈਂ ਲਿਖਿਆ ਸੀ ਸਾਡਾ ਮਿਲਣਾ ਤੂੰ ਏਦਾਂ ਮਿਲਣਾ ਇਹ ਨਹੀਂ ਸੀ ਪਤਾ ਵਿਹਾਣੀਆਂ ਵੇ ਦਿਲ ਜਾਣੀਆਂ ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ ਭੁੱਲ ਗਏ ਇਹ ਸਾਰੀ ਦੁਨੀਆ